ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਂਡੂ ਜਾਸੀਨ ਆਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਮੈਂ ਬਣਾਉਣ ਲੱਗੀ ਹਾਂ ਬੈਂਗਣਾਂ ਦਾ ਭਰਥਾ। ਸਾਡੇ ਬਾਹਰ ਗਾਰਡਨ 'ਚ ਬੈਂਗਣ ਲੱਗੇ ਹੋ, ਸੋ ਅੱਜ ਮੈਂ ਭਰਥਾ ਬਣਾਉਣ ਦੀ ਰੈਸਪੀ ਤੁਹਾਨੂੰ ਦਊਂਗੀ, ਸਿੰਪਲ ਤਰੀਕੇ ਨਾਲ ਜਿੱਦਾਂ ਆਪਾਂ ਭਰਥਾ ਕਿੱਦਾਂ ਬਣਾ ਸਕਦੇ ਹਾਂ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ, ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਆ ਫਿਰ ਆਪਾਂ ਬੈਂਗਣਾਂ ਦਾ ਭਰਥਾ ਬਣਾਉਂਦੇ ਹਾਂ। ਬਤਾਊਆਂ ਦਾ ਭਰਥਾ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਦੋ ਬਤਾਊ ਲਏ ਆ, ਮੈਂ ਆਪਣੇ ਗਾਰਡਨ ਵਿੱਚੋਂ ਲਏ ਆ, ਅਸੀਂ ਲਾਏ ਹੋਆ ਬਤਾਊ। ਆਹ ਬਤਾਊ ਹੈਗਾ ਆ ਥੋੜ੍ਹਾ ਜਿਹਾ ਗੋਲ ਅਤੇ ਆਹ ਹੈਗਾ ਥੋੜ੍ਹਾ ਲੰਮਾ। ਦੋ ਤਰ੍ਹਾਂ ਦੇ ਆ ਸਾਡੀ ਗਾਰਡਨ 'ਚ ਲੱਗੇ ਆ, ਸੋ ਇਸ ਕਰਕੇ ਮੈਂ ਦੋਨੋਂ ਤੋੜ ਲਏ। ਹੁਣ ਮੈਂ ਤੁਹਾਨੂੰ ਦੱਸੂੰਗੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ, ਕਿਉਂਕਿ ਇਹ ਗਲਿਓ ਵੀ ਵਿੱਚੋਂ ਕਈ ਵਾਰੀ ਹੋ ਸਕਦੇ ਬਤਾਊ, ਪਰ ਇਹ ਤਾਂ ਸਾਫ਼ ਲੱਗਦੇ ਆ, ਪਰ ਫਿਰ ਵੀ ਆਪਾਂ ਨੂੰ ਇਹਨਾਂ ਨੂੰ ਚੀਰਾ ਦੇਣਾ ਬਹੁਤ ਜ਼ਰੂਰੀ ਆ ਦੇਖਣਾ। ਆਪਾਂ ਕੀ ਕਰਾਂਗੇ, ਇੱਧਰੋਂ ਤਾਂ ਇੱਧਰੋਂ ਜੁੜਿਆ ਰਹਿਣ ਦੇਣਾ ਆ, ਅਤੇ ਆਪਾਂ ਇੱਦਾਂ ਕਰਕੇ ਦੇਖ ਵੀ ਸਕਦੇ ਹਾਂ ਵਿੱਚੋਂ ਕਿੱਦਾਂ ਆ। ਦੇਖੋ ਬਿਲਕੁਲ ਸਾਫ਼ ਆ, ਅਤੇ ਹੋਰ ਮੈਂ ਦੱਸੂੰਗੀ ਚੀਰਾ ਦੇਣ ਦਾ ਕੀ ਫਾਇਦਾ ਆ। ਇੱਦਾਂ ਹੀ ਚੀਰਾ ਮੈਂ ਦੂਸਰੇ ਨੂੰ ਦੇ ਲਊਂਗੀ। ਆਪਾਂ ਇੱਦਾਂ ਖੋਲ੍ਹ ਕੇ ਇਹਨਾਂ ਨੂੰ ਦੇਖ ਸਕਦੇ ਹਾਂ, ਦੇਖੋ ਬਿਲਕੁਲ ਵਿੱਚੋਂ ਬਹੁਤ ਸੋਹਣੇ ਆ, ਦੇਖੋ ਕਿੰਨੇ ਸਾਫ਼ ਆ। ਇਹਨਾਂ ਦੇ ਵਿੱਚ ਹੈ ਨਾ ਮੈਂ ਲਸਣ ਲੈ ਲਿਆ ਆ, ਲਸਣ ਦੀਆਂ ਗੱਠੀਆਂ ਇੱਦਾਂ ਛਿੱਲ ਲਈਆਂ ਆ। ਆ ਦੇਖੋ ਇਹਦੇ ਵਿੱਚ ਮੈਂ ਇੱਦਾਂ ਕਰਕੇ ਪਾ ਦੂੰਗੀ, ਇਹਦੇ ਨਾਲ ਫਲੇਵਰ ਬਹੁਤ ਸੋਹਣਾ ਆਉਂਦਾ ਆ, ਨਾਲੇ ਤਾਂ ਚੈੱਕ ਕਰ ਹੋ ਗਿਆ, ਨਾਲੇ ਇਹਦੇ ਵਿੱਚ ਆਪਾਂ ਇੱਦਾਂ ਲਸਣ ਪਾ ਦੇਵਾਂਗੇ। ਅਤੇ ਇੱਦਾਂ ਮੈਂ ਆਹ ਲੰਮੀਆਂ ਮਿਰਚਾਂ ਲੈ ਲਈਆਂ, ਵਿੱਚੇ ਮੈਂ ਇਹ ਪਾ ਦੂੰਗੀ ਨਾਲ, ਆ ਦੇਖੋ ਵਿੱਚ ਮੈਂ ਮਿਰਚਾਂ ਪਾ ਲਈਆਂ ਵਿੱਚੇ ਇਹਦੇ, ਇੱਕ ਦੋ ਦੇ ਵਿੱਚ ਮੈਂ ਪਾ ਲਈਆਂ ਮਿਰਚਾਂ, ਅਤੇ ਦੋ ਚੀਰਿਆਂ ਦੇ ਵਿੱਚ ਇੱਦਾਂ ਪਾ ਲਈਆਂ, ਦੋ ਤਿੰਨਾਂ ਚੀਰਿਆਂ ਦੇ ਵਿੱਚ ਲਸਣ ਪਾ ਲਿਆ ਆ। ਸੋ ਇੱਦਾਂ ਹੀ ਇਸ ਦੇ ਵਿੱਚ ਮੈਂ ਪਾ ਲਊਂਗੀ, ਇਹਨਾਂ ਫਲੇਵਰ ਬਹੁਤ ਸੋਹਣਾ ਹੁੰਦਾ ਆ। ਹੁਣ ਮੈਂ ਇਹਨਾਂ ਦੇ ਉੱਤੇ ਨਾ ਥੋੜ੍ਹਾ ਥੋੜ੍ਹਾ ਤੇਲ ਲਾ ਦਊਂਗੀ, ਜੇ ਤੁਸੀਂ ਹੱਥ ਨਾਲ ਲਾਉਣਾ ਚਾਹੁੰਦੇ ਹੱਥ ਨਾਲ ਲਾ ਲਓ, ਜੇ ਬਰੱਸ਼ ਨਾਲ ਲਾਉਣਾ ਚਾਹੁੰਦੇ ਹਾਂ ਬਰੱਸ਼ ਨਾਲ ਲਾ ਲਓ, ਪਰ ਮੈਂ ਹੱਥ ਨਾਲ ਹੀ ਲਾਉਂਗੀ, ਥੋੜ੍ਹਾ ਥੋੜ੍ਹਾ ਹੀ ਲਾਉਣਾ ਆ। ਸੋ ਤੇਲ ਮੈਂ ਲਾ ਲਿਆ, ਮੈਂ ਲਾਇਆ ਓਲਿਵ ਓਇਲ, ਤੁਸੀਂ ਜਿਹੜਾ ਵੀ ਤੁਹਾਡੇ ਕੋਲ ਤੇਲ ਆ ਤੁਸੀਂ ਲਾ ਸਕਦੇ ਹਾਂ, ਕਿਉਂਕਿ ਇੰਡੀਆ ਦੇ ਵਿੱਚ ਨਾ ਸਾਡੀਆਂ ਮੰਮੀਆਂ ਸੀ ਜਿਹੜੀਆਂ ਉਹ ਚਿੱਲਾ ਭੱਠੀ ਬਾਲਦੀਆਂ ਹੁੰਦੀਆਂ ਸੀ, ਉਹਦੇ ਵਿੱਚ ਬਤਾਊ ਨੂੰ ਵਿੱਚ ਰੱਖ ਦਿੰਦੇ ਹੁੰਦੇ ਸੀ, ਗੋਟੇ ਜਿਹੜੇ ਹੁੰਦੇ ਸੀ ਉਹਨਾਂ ਦੀ ਸਵਾਹ ਦੇ ਵਿੱਚ ਇੱਦਾਂ ਰੱਖ ਦਿੰਦੇ, ਅਤੇ ਉਹ ਬਹੁਤ ਸੋਹਣੇ ਭੁੱਜ ਜਾਂਦੇ ਸੀਗੇ। ਅਤੇ ਹੁਣ ਇਹਨਾਂ ਕੰਟਰੀਆਂ ਦੇ ਵਿੱਚ ਸਾਡੇ ਕੋਲ ਚਿੱਲੇ ਤਾਂ ਹੈ ਨਹੀਂ, ਇਸ ਕਰਕੇ ਮੈਂ ਗੈਸ 'ਤੇ ਭੁੰਨੂੰਗੀ, ਜੇ ਤੁਹਾਡੇ ਕੋਲ ਅਵਨ ਹੈਗਾ ਤੁਸੀਂ ਅਵਨ 'ਚ ਭੁੰਨ ਸਕਦੇ ਹਾਂ, ਮੇਰੇ ਕੋਲ ਅਵਨ ਹੈਗਾ ਪਰ ਮੈਂ ਤੁਹਾਨੂੰ ਚਿੱਲੇ 'ਤੇ ਭੁੰਨ ਕੇ ਦਿਖਾਉਂਗੀ, ਕਿਉਂਕਿ ਸਾਰੇ ਘਰਾਂ ਦੇ ਵਿੱਚ ਅਵਨ ਨਹੀਂ ਹੁੰਦਾ ਹੈਗਾ ਇੰਡੀਆ 'ਚ ਵੀ, ਕਿਉਂਕਿ ਕਈਆਂ ਦੇ ਚਿੱਲੇ ਵੀ ਨਹੀਂ ਹੁੰਦੇ ਹੈਗੇ, ਇਸ ਕਰਕੇ ਮੈਂ ਗੈਸ 'ਤੇ ਤੁਹਾਨੂੰ ਕਰਕੇ ਦਿਖਾਉਂਗੀ ਭੁੰਨ ਕੇ ਕਿੱਦਾਂ ਆਪਾਂ ਭੁੰਨਾਂਗੇ ਇਹਨਾਂ ਨੂੰ। ਜੇ ਤੁਸੀਂ ਚਿੱਲਾ ਬਾਲਦੇ ਹਾਂ ਇੰਡੀਆ ਦੇ ਵਿੱਚ, ਸਭ ਤੋਂ ਬੈਸਟ ਚੀਜ਼ ਇਹੀ ਹੈ ਚਿੱਲੇ ਦੇ ਵਿੱਚ ਭੁੰਨੋ ਇਹਨੂੰ। ਹੁਣ ਮੈਂ ਗੈਸ ਨੂੰ ਔਨ ਕਰ ਲਿਆ ਹੈ, ਕਿਉਂਕਿ ਗੈਸ ਖਰਾਬ ਨਾ ਹੋਵੇ, ਚਿੱਲਾ ਖਰਾਬ ਨਾ ਹੋਵੇ, ਮੈਂ ਇਹਦੇ ਉੱਤੇ ਆ ਜਾਲੀ ਜਿਹੀ ਰੱਖ ਲਈ ਆ। ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਜਾਲੀ ਹੈਗੀ ਉਹ ਰੱਖ ਲਓ, ਜੇ ਇੱਦਾਂ ਦੀ ਹੈਗੀ ਆ ਇਹ ਰੱਖ ਲਓ, ਅਤੇ ਜੇ ਤੁਹਾਡੇ ਕੋਲ ਅਵਨ ਦੀ ਜਾਲੀ ਹੈਗੀ ਆ ਉਹ ਰੱਖ ਲਓ, ਜਾਂ ਇੱਦਾਂ ਦੀ ਰੱਖ ਲਓ, ਕੋਈ ਵੀ ਰੱਖ ਲਓ ਹੈ ਨਾ। ਹੁਣ ਮੈਂ ਇਹਨੂੰ ਉੱਤੇ ਰੱਖ ਦਊਂਗੀ, ਮੈਂ ਦੋਨੋਂ ਰੱਖ ਦਿੱਤੇ ਆ ਭੁੰਨਣੇ ਉੱਤੇ, ਮੈਂ ਨਾਲ ਨਾਲ ਤੁਹਾਨੂੰ ਦਿਖਾਉਂਦੀ ਰਹੂੰਗੀ। ਆਪਾਂ ਨਾਲ ਨਾਲ ਇਹਨਾਂ ਨੂੰ ਥੋੜ੍ਹਾ ਥੋੜ੍ਹਾ ਇੱਦਾਂ ਘੁਮਾਈ ਵੀ ਜਾਣਾ ਆ, ਹੱਥ ਨਾਲ ਜਾਣ ਲਿਓ, ਜੇ ਤੁਸੀਂ ਡੰਡੀ ਤੋਂ ਫੜ ਕੇ ਨਹੀਂ ਕਰ ਸਕਦੇ ਕੋਈ ਚੀਜ਼ ਲੈ ਲਓ ਥੱਲਣ ਨੂੰ ਇਹਨਾਂ ਨੂੰ ਚਿਮਟਾ ਜਿਹਾ ਹੈ ਨਾ।
ਆਪਾਂ ਇਹਨਾਂ ਨੂੰ ਪਾਸੇ ਟਰਨ ਕਰੀ ਜਾਣੇ ਆ, ਇੱਦਾਂ ਥੱਲੀ ਜਾਣਾ ਆ, ਘੁਮਾਈ ਜਾਣਾ ਹੋਰ ਹੋਰ ਪਾਸਾ, ਤਾਂ ਕਿ ਸਾਰਿਆਂ ਪਾਸਿਆਂ ਤੋਂ ਇਹ ਭੁੰਨ ਹੋ ਜਾਵੇ। ਆਪਾਂ ਇੱਦਾਂ ਥੱਲੀ ਜਾਣਾ ਇਹਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ, ਤਾਂ ਕਿ ਇੱਕ ਪਾਸਾ ਜਲ ਬਣਾ ਜਾਵੇ ਜ਼ਿਆਦਾ। ਇਹ ਲੰਮਾ ਆ, ਮੈਂ ਥੋੜ੍ਹਾ ਜਿਹਾ ਪਹਿਲਾਂ ਇੱਧਰੋਂ ਭੁੰਨੂਗੀ, ਫਿਰ ਥੋੜ੍ਹਾ ਜਿਹਾ ਆਹ ਪਾਸਾ ਨੇੜੇ ਕਰ ਦਊਂਗੀ, ਹੈ ਨਾ। ਇਹਨੂੰ ਚੈੱਕ ਕਰਨਾ ਪਈ ਸਾਰੇ ਪਾਸਿਆਂ ਤੋਂ ਪੋਲਾ ਹੋਵੇ ਆਪਾਂ, ਫਿਰ ਮਗਰ ਹੋਣੀ ਮੈਂ ਤੁਹਾਨੂੰ ਦੱਸੂਗੀ ਕਿੱਦਾਂ ਚੈੱਕ ਕਰਨਾ ਪਈ ਇਹ ਬਣ ਗਏ ਆ। ਮੈਂ ਹੀਟ ਮੀਡੀਅਮ 'ਤੇ ਰੱਖੀ ਹੋ ਆ, ਤਾਂ ਕਿ ਇੱਦਾਂ ਨਾ ਹੋਵੇ ਵੀ ਉੱਪਰੋਂ ਉੱਪਰੋਂ ਜਲ ਜਾਵੇ, ਵਿੱਚੋਂ ਕੱਚਾ ਰਹੇ। ਹੁਣ ਆਪਾਂ ਇੱਦਾਂ ਫੋਕ ਨਾਲ ਦੇਖ ਲਵਾਂਗੇ, ਆਹ ਦੇਖੋ ਸੋਫਟ ਆ, ਹੈ ਨਾ, ਬਹੁਤ ਆਪੇ ਲੈ ਰਹੇ ਆ ਸਕਿਨ ਉੱਤੋਂ। ਆਹ ਦੇਖੋ ਹੁਣ ਮੈਂ ਭੁੱਜ ਗਿਆ ਆ, ਮੈਂ ਗੈਸ ਬੰਦ ਕਰ ਦੂੰਗੀ, ਮੈਂ ਇੱਧਰ ਰੱਖ ਲਊਂਗੀ ਚੱਕ ਕੇ। ਮੈਂ ਇੱਕ ਕੌਲੀ ਦੇ ਵਿੱਚ ਪਾਣੀ ਰੱਖ ਲਿਆ ਆ ਕੋਲ, ਕਿਉਂਕਿ ਕਈ ਵਾਰੀ ਹੱਥ ਕਾਲੇ ਜਿਹੇ ਹੋ ਜਾਂਦੇ ਆ, ਸਾਫ਼ ਕਰਨੇ ਪੈਂਦੇ ਆ, ਸੋ ਸ਼ਾਇਦ ਲੋੜ ਵੀ ਨਾ ਪਵੇ, ਮੈਂ ਕੋਲ ਰੱਖ ਲਿਆ ਆ। ਇਹਨਾਂ ਨੂੰ ਧੋਣਾ ਨਹੀਂ ਤੁਸੀਂ, ਕਈ ਲੋਕ ਹੈ ਨਾ ਇਹਨੂੰ ਠੰਡਾ ਕਰਨ ਲਈ ਧੋ ਲੈਂਦੇ, ਫਿਰ ਸਾਰਾ ਫਲੇਵਰ ਵਿੱਚੋਂ ਚੱਲ ਜਾਣਾ ਆ। ਇਸ ਕਰਕੇ ਇਹਨਾਂ ਨੂੰ ਇੱਦਾਂ ਗਰਮ ਗਰਮ ਨੂੰ ਹੀ ਆਪਾਂ ਛਿੱਲ ਲੈਣਾ, ਬਹੁਤਾ ਠੰਡਾ ਵੀ ਨਹੀਂ ਕਰਨਾ ਹੈਗਾ। ਹੱਥ ਤਾਂ ਜ਼ਰੂਰ ਜਲਣਗੇ, ਹੁਣ ਮੈਂ ਇਹਨੂੰ ਇੱਦਾਂ ਇੱਕ ਡੋਂਗੇ 'ਚ ਰੱਖ ਲਿਆ। ਆਹ ਦੇਖੋ ਵਿੱਚੇ ਇਹਦੇ ਮਿਰਚਾਂ ਵੀ ਭੁੱਜ ਗਈਆਂ ਆ, ਇਹਨਾਂ ਦਾ ਫਲੇਵਰ ਵੀ ਆ ਗਿਆ। ਇਹਨੂੰ ਵਿੱਚੇ ਹੀ ਆਪਾਂ ਮਾਸ਼ ਕਰ ਲਵਾਂਗੇ, ਇੱਦਾਂ ਹੀ ਮੈਂ ਦੂਜੇ ਨੂੰ ਛਿੱਲ ਲਉਂਗੀ। ਆਹ ਵੀ ਛਿੱਲ ਲਿਆ ਮੈਂ, ਇੱਦਾਂ ਛਿੱਲ ਕੇ ਇਹਦੇ ਵਿੱਚ ਰੱਖ ਲਏ ਆ। ਹੁਣ ਆਪਾਂ ਆਹ ਜਿਹੜਾ ਹੈ ਨਾ ਪਿੱਛੇ ਆ ਇਹਦਾ ਪੀਸ, ਇਹ ਆਪਾਂ ਲਾ ਦੇਣਾ ਆ। ਕਈ ਇਹਨੂੰ ਵਿੱਚ ਕੁੱਕ ਵੀ ਕਰ ਲੈਂਦੇ ਆ, ਤੁਸੀਂ ਕਰਨਾ ਕੱਸ ਵੀ ਸਕਦੇ ਜਦੋਂ ਇਹਨੂੰ ਇੱਦਾਂ ਕੱਟ ਲਓ, ਕਿਉਂਕਿ ਇਹ ਥੋੜ੍ਹਾ ਜਿਹਾ ਹਾਰਡ ਹੁੰਦਾ ਆ। ਹੁਣ ਆਪਾਂ ਇਹਨੂੰ ਥੋੜ੍ਹਾ ਥੋੜ੍ਹਾ ਇੱਦਾਂ ਚੰਕੀ ਜਿਹਾ ਰੱਖਣਾ ਆ, ਮਸ਼ ਜਿਹਾ ਕਰ ਦੇਣਾ ਆ, ਭਾਵੇਂ ਇੱਦਾਂ ਕੜਛੀ ਨਾ ਕਰ ਲਈਏ ਜਾਂ ਨਾਈਫ ਨਾ ਕਰ ਲਓ, ਜਿਹੜੀ ਵੀ ਮਰਜ਼ੀ ਚੀਜ਼ ਨਾ, ਜਾਂ ਜਿਹੜਾ ਮਸ਼ ਕਰਨ ਵਾਲਾ ਹੁੰਦਾ ਉਹ ਨਾ ਕਰ ਲਓ, ਹੈ ਨਾ। ਵਿੱਚੇ ਮੈਂ ਲਸਣ ਨੂੰ ਇੱਦਾਂ ਕਰ ਦਊਂਗੀ, ਆਪਾਂ ਇਹ ਨੇਰੀ ਪੀੜੀ ਜਿਹੀ ਨਹੀਂ ਬਣਾਉਣੀ, ਬਸ ਚੰਕੀ ਜਿਹਾ ਰੱਖਣਾ ਆ। ਜੇ ਤੁਸੀਂ ਹੈ ਨਾ ਨਾਈਫ ਨਾ ਕਰਨਾ ਚਾਹੁੰਦੇ ਆ, ਨਾਈਫ ਨਾਲ ਵੀ ਕਰ ਸਕਦੇ ਆ, ਕਿਉਂਕਿ ਨਾਈਫ ਨਾਲ ਵੀ ਬਹੁਤ ਸੋਹਣਾ ਹੋ ਜਾਂਦਾ ਇੱਦਾਂ ਕੱਟ, ਜਿੱਦਾਂ ਮਰਜ਼ੀ ਕਰ ਲਓ। ਆਹ ਦੇਖੋ ਹੁਣ ਮੈਂ ਇਹਨੂੰ ਮਾਸ਼ ਕਰ ਲਿਆ ਆ, ਚੰਗੀ ਤਰ੍ਹਾਂ ਫੇਰ ਲਿਆ ਆ, ਅਤੇ ਇੱਦਾਂ ਚੰਕੀ ਜਿਹਾ ਆ, ਆਪਾਂ ਇੱਦਾਂ ਦਾ ਹੀ ਰੱਖਣਾ ਆ ਇਹਨੂੰ। ਜੇ ਤੁਹਾਨੂੰ ਲੱਗਦਾ ਨਾ ਵਿੱਚ ਲਸਣ ਬਹੁਤਾ ਨਹੀਂ ਫੇਰ ਹੋ ਰਿਹਾ, ਉਹਨੂੰ ਕੱਟ ਲਓ, ਕਿਉਂਕਿ ਪਰ ਇਹ ਸੋਫਟ ਹੋਏ ਜਾਂਦਾ ਨਾਲੇ ਇਹਦੇ, ਜਦੋਂ ਆਪਾਂ ਕਰੀਦਾ ਨਾ ਵਿੱਚ ਪਾ ਕੇ ਬਤਾਵਾਂ ਦੇ ਮਿਰਚਾਂ, ਤਾਂ ਇਹਨੂੰ ਇਹ ਬਹੁਤ ਸੋਹਣਾ ਹੋ ਜਾਂਦਾ। ਵਿੱਚੇ ਇੱਦਾਂ ਕਰ ਲਓ, ਜੇ ਵਿੱਚ ਥੋੜ੍ਹੀ ਬਹੁਤੀ ਇੱਦਾਂ ਨਾ ਕਾਲੀ ਛਿੱਲ ਤੁਹਾਨੂੰ ਦਿਸਦੀ ਆ ਰਹਿੰਦੀ, ਕੋਈ ਨਹੀਂ, ਇਹਦਾ ਫਲੇਵਰ ਬਹੁਤ ਸੋਹਣਾ ਆਉਂਦਾ, ਇਹਦਾ ਕੋਈ ਨੁਕਸਾਨ ਨਹੀਂ ਹੈਗਾ, ਕਿਉਂਕਿ ਥੋੜ੍ਹੀ ਬਹੁਤੀ ਨਾਲ ਲੱਗੀ ਰਹਿ ਜਾਂਦੀ ਆ। ਹੁਣ ਬਤਾਵਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ, ਇਹ ਰੈਡੀ ਹੋ ਗਏ ਆ, ਇਹਨਾਂ ਨੂੰ ਇੱਕ ਪਾਸੇ ਰੱਖ ਲਵਾਂਗੇ। ਹੁਣ ਦੂਜੇ ਪਾਸੇ ਆਪਾਂ ਤੜਕਾ ਰੈਡੀ ਕਰਦੇ ਹਾਂ। ਮੈਂ ਦਿਖਾਉਂਦੀ ਮਸਾਲਾ ਕਿੱਦਾਂ ਰੈਡੀ ਕਰਨਾ ਇਹਦੇ ਲਈ। ਭਰਥੇ ਦਾ ਮਸਾਲਾ ਤਿਆਰ ਕਰਨ ਲਈ ਮੈਂ ਇੱਕ ਫਰਾਈ ਪੈਨ ਲੈ ਲਿਆ ਆ, ਗੈਸ ਔਨ ਕਰ ਦਿੱਤਾ ਆ, ਹੀਟ ਮੈਂ ਮੀਡੀਅਮ 'ਤੇ ਰੱਖੂੰਗੀ। ਮੈਂ 2 ਟੇਬਲ ਸਪੂਨ ਓਲੀਵ ਓਇਲ ਪਾ ਲਏ ਆ, ਜੇ ਤੁਹਾਡੇ ਘਰ ਸਰ੍ਹੋਂ ਦਾ ਤੇਲ ਹੈਗਾ ਆ ਤੁਸੀਂ ਸਰ੍ਹੋਂ ਦਾ ਹੀ ਤੇਲ ਵਰਤਿਓ, ਜੇ ਪਿਓਰ ਤਾਂ ਸਰ੍ਹੋਂ ਦਾ ਤੇਲ ਆ। ਤੇਲ ਨੂੰ ਮੈਂ ਥੋੜ੍ਹਾ ਜਿਹਾ ਗਰਮ ਹੋਣ ਦਊਂਗੀ, ਬਹੁਤ ਜ਼ਿਆਦਾ ਨਹੀਂ। ਮੈਂ ਇੱਕ ਛੋਟਾ ਚਮਚਾ ਜੀਰੇ ਦਾ ਪਾਤਾ ਆ, ਸਾਬਤ ਜੀਰੇ ਦਾ ਪਾਇਆ। ਆਪਾਂ ਜੀਰੇ ਨੂੰ ਵੀ ਬਹੁਤ ਜ਼ਿਆਦਾ ਭੁੰਨਣਾ ਨਹੀਂ, ਕਾਲਾ ਨਹੀਂ ਕਰਨਾ ਹੈਗਾ, ਜਦੋਂ ਥੋੜ੍ਹਾ ਜਿਹਾ ਰੋਸਟ ਹੋ ਜਾਊਗਾ ਤੇਲ ਦੇ ਵਿੱਚ, ਫਿਰ ਆਪਾਂ ਗੰਢੇ ਪਾ ਦੇਣੇ ਆ। ਹੁਣ ਤੇਲ ਗਰਮ ਹੋਇਆ ਆ, ਮੈਂ ਇਹਦੇ ਵਿੱਚ ਗੰਢੇ ਪਾ ਦੂੰਗੀ। ਗੰਢੇ ਮੈਂ ਲਏ ਆ 3, ਮੀਡੀਅਮ ਗੰਢੇ ਸੀ ਮੇਰੇ ਕੋਲ, ਮੈਂ 3 ਲੈ ਲਏ ਆ। ਗੰਢਿਆਂ ਨੂੰ ਮੈਂ ਇੱਦਾਂ ਬਰੀਕ ਬਰੀਕ ਕੱਟ ਲਿਆ ਆ, ਇਹਨਾਂ ਨੂੰ ਲੰਮੇ ਨਹੀਂ ਕੱਟਣਾ, ਬਰੀਕੇ ਕੱਟਣਾ ਆ, ਜਿੱਦਾਂ ਡਾਈਸ ਕਰੀਦੇ ਆ ਨਾ, ਇੱਦਾਂ ਮੈਂ ਹੱਥ ਨਾਲ ਕੱਟੇ ਆ, ਬਰੀਕ ਬਰੀਕ ਕੱਟ ਲਏ ਆ। 2 ਵੱਡੇ ਟਮਾਟਰ ਲਏ ਆ, ਉਹਨਾਂ ਨੂੰ ਵੀ ਮੈਂ ਇੱਦਾਂ ਪਿਊਰੀ ਨਹੀਂ ਬਣਾਉਣੀ, ਬਰੀਕ ਬਰੀਕ ਕੱਟ ਲਏ ਆ। 2 ਮੈਂ ਮਿਰਚਾਂ ਲਈਆਂ ਹਰੀਆਂ, ਮੈਂ 2 ਵਿੱਚ ਪਹਿਲਾਂ ਵੀ ਪਾਤੀਆਂ ਸੀ, ਬਤੰਗਾਂ ਦੇ ਵਿੱਚ ਮਾਸ਼ ਕਰ ਲਈਆਂ। ਤੁਸੀਂ ਦੇਖ ਲਿਓ ਤੁਸੀਂ ਕਿੰਨੀ ਮਿਰਚ ਖਾਂਦੇ ਆ, ਉਹਦੇ ਮੁਤਾਬਕ ਕਰ ਲਓ।
ਥੋੜ੍ਹਾ ਜਿਹਾ ਮੈਂ ਅਦਰਕ ਅਤੇ ਲਸਣ ਦੀ ਪੇਸਟ ਲੈ ਲਈ ਆ, ਮੈਂ ਕੁੱਟ ਕੇ ਰੱਖਿਆ ਆ ਸੀ ਕੋਲ ਪੇਸਟ ਬਣਾ ਕੇ, ਮੇਰੇ ਕੋਲ ਫਰੈਸ਼ ਆ, ਮੈਂ ਉਹ ਲੈ ਲਿਆ ਆ। ਹੁਣ ਮੈਂ ਲਸਣ ਅਤੇ ਅਦਰਕ ਦੀ ਪੇਸਟ ਵਿੱਚ ਪਾ ਦੂੰਗੀ, ਜਿੰਜਰ ਅਤੇ ਗਾਲਕ ਦੀ, ਅਤੇ ਵਿੱਚੇ ਹੀ ਹਰੀਆਂ ਮਿਰਚਾਂ ਪਾ ਦੂੰਗੀ ਭੁੰਨਣ ਲਈ। ਆਪਾਂ ਬਹੁਤ ਹਾਈ 'ਤੇ ਨਹੀਂ ਭੁੰਨਣਾ ਇਹਨਾਂ ਨੂੰ, ਨਹੀਂ ਤਾਂ ਗੱਡਾ ਸੜ ਜਾਊਗਾ। ਮੀਡੀਅਮ 'ਤੇ ਕਰਾਂਗੇ, ਟਮਾਟਰ ਥੋੜ੍ਹਾ ਜਿਹਾ ਠਹਿਰ ਕੇ ਪਾਵਾਂਗੇ। ਜਦੋਂ ਗੰਢੇ ਹੈ ਨਾ 50% ਭੁੱਜਣ, ਫਿਰ ਵਿੱਚ ਟਮਾਟਰ ਪਾਵਾਂਗੇ। ਹੁਣ ਗੰਢਾ 50% ਭੁੱਜ ਗਿਆ ਆ, ਜੇ ਦਾਦਕ ਭੁੱਜ ਗਿਆ, ਹੁਣ ਮੈਂ ਇਹਦੇ ਵਿੱਚ ਹਲਦੀ ਪਾ ਦਊਂਗੀ। ਮੈਂ ਇੱਕ ਛੋਟਾ ਚਮਚਾ ਪਾਇਆ, ਕਿਉਂਕਿ ਬਹੁਤੀ ਜ਼ਿਆਦਾ ਹਲਦੀ ਨਹੀਂ ਆਪਾਂ ਪਾਉਣੀ ਵਿੱਚ, ਨਹੀਂ ਤਾਂ ਹਲਦੀ ਦਾ ਹੀ ਸਵਾਦ ਆਉਂਦਾ ਰਹਿੰਦਾ ਮੂੰਹ ਦੇ ਵਿੱਚ, ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ। ਇੰਨੇ ਭੱਥੇ ਦੇ ਵਿੱਚ ਮੈਂ ਇੱਕ ਛੋਟਾ ਚਮਚਾ ਹੀ ਹਲਦੀ ਦਾ ਪਾਇਆ, ਅੱਧਾ ਕੁ ਚਮਚਾ ਮੈਂ ਦੇਗੀ ਮਿਰਚ ਦਾ ਪਾਊਂਗੀ ਰੰਗ ਲਈ। ਮੈਂ ਅੱਧਾ ਛੋਟਾ ਚਮਚਾ ਪਾਇਆ ਦੇਗੀ ਮਿਰਚ ਦਾ। ਦੇਗੀ ਮਿਰਚ ਕੌੜੀ ਨਹੀਂ ਹੁੰਦੀ, ਸਿਰਫ ਰੰਗ ਲਈ ਪਾਈ ਦੀ ਆ। ਜੇ ਤੁਸੀਂ ਜ਼ਿਆਦਾ ਤਿੱਖਾ ਲਾਈਕ ਕਰਦੇ ਆ, ਫਿਰ ਤੁਸੀਂ ਕੁੱਟੀਓ ਲਾਲ ਮਿਰਚ ਵਿੱਚ ਪਾ ਲਓ। ਮੈਂ ਘੱਟੇ ਵਰਤਦੀ ਹਾਂ ਮਿਰਚ ਲਾਲ ਕੁੱਟੀਓ, ਮੈਂ ਜ਼ਿਆਦਾ ਜੇ ਪਾਉਣੀ ਹੋਵੇ ਗ੍ਰੀਨ ਹੀ ਪਾਉਂਦੀ ਹਾਂ, ਅਸੀਂ ਬਹੁਤੀ ਮਿਰਚ ਨਹੀਂ ਖਾਂਦੇ। ਇੱਕੋ ਹੀ ਛੋਟਾ ਚਮਚਾ ਮੈਂ ਧਨੀਏ ਦੇ ਪਾਤਾ ਆ, ਧਨੀਆ ਮੈਂ ਕੁੱਟ ਕੇ ਰੱਖਿਆ ਆ ਦਰਦਰਾ ਜਿਹਾ ਕਰਕੇ, ਉਹ ਮੈਂ ਇੱਕ ਚਮਚਾ ਪਾਇਆ ਆ ਧਨੀਆ ਪਾਊਡਰ ਦਾ। ਅਤੇ ਹੁਣ ਮੈਂ ਵਿੱਚ ਟਮਾਟਰ ਪਾ ਦਊਂਗੀ। ਟਮਾਟਰ ਨੂੰ ਆਪਾਂ ਸੌਫਟ ਕਰਨਾ ਆ ਇਹਨ। ਹੁਣ ਤੜਕਾ ਭੁੱਜ ਗਿਆ ਆ, ਹੁਣ ਇਹਦੇ ਵਿੱਚ ਆਪਾਂ ਬਤਾਊਆਂ ਨੂੰ ਪਾ ਦੇਵਾਂਗੇ, ਜਿਹੜੀ ਆਪਾਂ ਭੁੰਨ ਕੇ ਰੱਖੀ ਹੋਊਗਾ ਮਸ਼ ਕਰਕੇ। ਆਹ ਦੇਖੋ ਹੁਣ ਆਪਾਂ ਇਹ ਵਿੱਚ ਪਾ ਦੇਵਾਂਗੇ। ਇਹਨਾਂ ਨੂੰ ਚੰਕੀ ਜਿਹਾ ਰੱਖਣਾ, ਇਹ ਨਹੀਂ ਕਰਨਾ ਹੈਗਾ, ਇਹਨਾਂ ਦੀ ਪਿਊਰੀ ਨਹੀਂ ਬਣਾਉਣੀ ਆਪਾਂ। ਇਹਨਾਂ ਨੂੰ ਮਿਕਸ ਕਰ ਦਿਓ, ਕਿਉਂਕਿ ਬਤਾਊ ਵੀ ਗਰਮੇ ਸੀ ਹੈ ਜੀ। ਆਪਾਂ ਇਹਨਾਂ ਨੂੰ 5 ਮਿੰਟ ਦੇਵਾਂਗੇ ਵਿੱਚ ਮਿਕਸ ਹੋਣ ਲਈ ਮਸਾਲੇ ਦੇ ਸਾਰੇ ਕੁਛ ਨੂੰ, ਕਿਉਂਕਿ ਬਤਾਊ ਤਾਂ ਪਹਿਲਾਂ ਹੀ ਭੁੱਜੇ ਹੋ ਆ, ਭੁੰਨ ਹੋਏ ਹੋ, ਸੋ ਤੜਕਾ ਵੀ ਬਣਿਆ ਆ। ਹੁਣ ਆਪਾਂ ਬਸ ਮਸਾਲੇ ਹੀ ਇਹਦੇ ਵਿੱਚ ਥੋੜ੍ਹੇ ਜਿਹੇ ਰਚ ਜਾਣ, ਮਿਕਸ ਹੋ ਜਾਣ। ਜਦੋਂ ਆਪਾਂ ਵਿੱਚ ਹੈ ਨਾ ਬਤਾਊ ਵਿੱਚ ਪਾਤੇ ਆ, ਹੁਣ ਆਪਾਂ ਇਹਦੇ ਵਿੱਚ ਇੱਕ ਛੋਟਾ ਚਮਚਾ, ਮੈਂ ਆਹ ਛੋਟਾ ਚਮਚਾ ਮਸਾਲੇ ਦਾ ਪਾਊਂਗੀ, ਗਰਮ ਮਸਾਲਾ ਜਿਹਨੂੰ ਕਹਿੰਦੇ ਆ, ਅਤੇ ਇੱਕ ਆਹ ਚਮਚਾ ਮੈਂ ਲੂਣ ਦਾ ਪਾਊਂਗੀ, ਕਿਉਂਕਿ ਬਹੁਤਾ ਜ਼ਿਆਦਾ ਲੂਣ ਨਹੀਂ ਪਾਉਣਾ, ਭਰਥਾ ਬਣ ਕੇ ਥੋੜ੍ਹਾ ਜਿਹਾ ਹੋ ਜਾਂਦਾ ਆ। ਇਹ ਛੋਟਾ ਚਮਚਾ ਹੀ ਆ ਇੱਕ, ਤੁਸੀਂ ਆਪਣੇ ਮੁਤਾਬਕ ਜਿੰਨਾ ਤੁਸੀਂ ਲੂਣ ਖਾਂਦੇ ਆ ਉਹਦੇ ਮੁਤਾਬਕ ਪਾ ਲਿਓ। ਅਤੇ ਥੋੜ੍ਹੀ ਜਿਹੀ ਸੁੱਕੀ ਮੇਥੀ ਮੈਂ ਪਾ ਦਊਂਗੀ, ਕਸੂਰੀ ਮੇਥੀ ਜਿਹਨੂੰ ਕਹਿੰਦੇ ਆ, ਹੱਥ ਨਾ ਕਰਕੇ, ਇੰਨਾ ਫਲੇਵਰ ਬਹੁਤ ਸੋਹਣਾ ਆਉਂਦਾ ਆ। ਹੁਣ ਸਾਰੇ ਕੁਛ ਨੂੰ ਮਿਕਸ ਕਰ ਦੇਵਾਂਗੇ। ਹੁਣ ਬਤਾਊ ਵਿੱਚ ਪਾਇਆ ਨੂੰ 5 ਮਿੰਟ ਹੋ ਗਏ ਆ, ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਧਨੀਆ ਪਾਊਂਗੀ ਹਰਾ, ਮੇਰੇ ਕੋਲ ਫਰੀਜ਼ ਕੀਤਾ ਪਿਆ ਆ, ਮੈਂ ਉਹ ਪਾਊਂਗੀ, ਮੇਰੇ ਕੋਲ ਤਾਜ਼ਾ ਹੈ ਨਹੀਂ। ਜੇ ਤੁਹਾਡੇ ਕੋਲ ਤਾਜ਼ਾ ਹੈਗਾ ਕੱਟ ਕੇ ਪਾ ਦਿਓ ਤਾਜ਼ਾ, ਅਤੇ ਗਾਰਨਿਸ਼ ਕਰਨ ਲੱਗੇ ਥੋੜ੍ਹਾ ਜਿਹਾ ਉੱਪਰ ਵੀ ਪਾ ਦਿਓ। ਇਹਨਾਂ ਰੰਗ ਵੀ ਸੋਹਣਾ ਬਣਦਾ ਅਤੇ ਫਲੇਵਰ ਵੀ ਸੋਹਣਾ ਆਉਂਦਾ ਆ। ਸਾਡੇ ਹੁਣ ਵਿੰਟਰ ਸ਼ੁਰੂ ਹੋ ਗਈ ਆ, ਹੁਣ ਅਸੀਂ ਧਨੀਆ ਲਾ ਦੇਣਾ ਆ, ਫਿਰ ਹੋਊਗਾ, ਕਿਉਂਕਿ ਸਾਰੀ ਗਰਮੀਆਂ ਮੈਂ ਫਿਰ ਫਰੋਜ਼ਨ ਹੀ ਵਰਤਦੀ ਹੁੰਦੀ ਹਾਂ। ਵਿੰਟਰ ਦੇ ਵਿੱਚ ਜਦੋਂ ਹੁੰਦਾ ਸਿਆਲ ਨੂੰ ਨਾ, ਉਦੋਂ ਮੈਂ ਕੱਟ ਕੇ ਫਰੀਜ਼ ਕਰ ਲੈਂਦੀ ਹਾਂ, ਫਿਰ ਪਰੌਂਠਿਆਂ 'ਚ ਸਬਜ਼ੀਆਂ 'ਚ ਪਾਈ ਜਾਈਦਾ ਮੇਥੇ ਦਾ ਧਨੀਆ। ਮੈਂ ਲੂਣ ਦੇਖ ਲਿਆ ਆ, ਬਿਲਕੁਲ ਠੀਕ ਆ, ਮੈਂ 1 ਟੀਸਪੂਨ ਪਾਇਆ ਸੀ, ਤੁਸੀਂ ਆਪਣੀ ਮਰਜ਼ੀ ਨਾਲ ਪਾ ਲਿਓ, ਜੇ ਤੁਸੀਂ ਜ਼ਿਆਦਾ ਖਾਂਦੇ ਜ਼ਿਆਦਾ ਪਾ ਲਓ, ਪਹਿਲਾਂ ਥੋੜ੍ਹਾ ਹੀ ਪਾਇਓ ਕਿਉਂਕਿ ਭਰਥਾ ਥੋੜ੍ਹਾ ਜਿਹਾ ਬਣ ਜਾਂਦਾ। ਦੇਖੋ 2 ਬਤਾਊਆਂ ਦਾ, ਐਡੇ ਵੱਡੇ ਬਤਾਊ ਸੀ, ਇੰਨਾ ਕੁ ਹੀ ਬਣਿਆ। ਮੈਂ ਤੁਹਾਨੂੰ ਕਿਸੇ ਡਿਸ਼ 'ਚ ਕੱਢ ਕੇ ਦਿਖਾਉਂਦੀ ਹਾਂ ਆਪਾਂ ਕਿੱਦਾਂ ਸਰਵ ਕਰੂੰਗੇ। ਤੁਸੀਂ ਕਿਸੇ ਡਿਸ਼ 'ਚ ਕੱਢ ਲਓ, ਉੱਤੇ ਧਨੀਆ ਪਾ ਦਿਓ ਜੇ ਤੁਹਾਡੇ ਕੋਲ ਤਾਜ਼ਾ ਧਨੀਆ ਹੈਗਾ। ਜੇ ਆਪੇ ਖਾਣਾ ਫਿਰ ਤਾਂ ਅਸੀਂ ਇੱਦਾਂ ਹੀ ਖਾ ਲਈਦਾ, ਜੇ ਕੋਈ ਪਰਾਹੁਣਾ ਆਇਆ ਫਿਰ ਤੁਸੀਂ ਉੱਤੇ ਥੋੜ੍ਹਾ ਜਿਹਾ ਸੋਹਣਾ ਲੱਗਣ ਨੂੰ ਧਨੀਆ ਪਾ ਦਿਓ ਕੱਟ ਕੇ। ਹੁਣ ਮੈਂ ਇਹਨੂੰ 1 ਪਲੇਟ 'ਚ ਕੱਢ ਲਊਂਗੀ। ਬੈਂਗਣਾਂ ਦਾ ਭਾਥਾ ਬਣ ਕੇ ਤਿਆਰ ਹੋ ਗਿਆ ਆ, ਬਹੁਤ ਸਵਾਦ ਬਣਿਆ ਆ, ਮੈਂ ਟੇਸਟ ਕਰਕੇ ਦੇਖ ਲਿਆ ਆ। ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਬਣਾ ਕੇ ਮੈਨੂੰ ਜ਼ਰੂਰ ਦੱਸਿਓ ਕਿੱਦਾਂ ਦਾ ਬਣਿਆ ਆ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ ਆ,
लाइक ते शेयर दा बटन जरूर दबो, बेल आइकोन दा बटन जरूर दबो ता कि थानू जदो भी मेरी वीडियो आउंदी आ थानू पता लग जावे, थानू नोटिफिकेशन मिल जावे। ओके जी, चंगा जी, सत श्री अकाल। मेरी वीडियो देखने लई थोड़ा बहुत बहुत धन्यवाद है।